ਤੇ ਜਲਾਲਾਬਾਦ ਵੱਲ ਰੁਖ ਕਰਾਂਗੇ, ਜਿੱਥੋਂ ਦੇ ਸ਼ਹਿਰ ਦੇ ਵਿੱਚੋਂ ਨਿਕਲਣ ਵਾਲੇ ਡਰੇਨ ਦੀ ਪਿਛਲੇ 2 ਸਾਲਾਂ ਤੋਂ ਸਫਾਈ ਨਾ ਹੋਣ ਕਰਕੇ ਇੱਥੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਡਰੇਨ ਦੀ ਸਫਾਈ ਨਾ ਹੋਣ ਕਰਕੇ ਡਰੇਨ ਦੇ ਵਿੱਚ ਕਾਫੀ ਗੰਦਗੀ ਫੈਲ ਗਈ ਹੈ, ਜਿਸ ਕਰਕੇ ਸਥਾਨਕ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤਾਂ 'ਚ ਡਰੇਨ ਦਾ ਪਾਣੀ ਓਵਰ ਹੋ ਕੇ ਉਹਨਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ। ਉੱਧਰ ਡਰੇਨ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦੀ ਹੀ ਇਸ ਤਰ੍ਹਾਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਕੋਈ ਪ੍ਰਸ਼ਾਸਨ ਨਹੀਂ ਸੋਚ ਰਿਹਾ ਵੀ ਇਹ ਸ਼ਹਿਰ ਦੇ ਵਿੱਚੋਂ ਨਾਲਾ ਲੰਘਦਾ, ਅਗਾਂਹ ਬਰਸਾਤਾਂ ਦੇ ਦਿਨ ਆ ਰਹੇ ਨੇ, ਕੋਈ ਇਹਦੀ ਸਫਾਈ ਨਹੀਂ ਹੋ ਰਹੀ। ਤੁਸੀਂ ਆਪ ਹੀ ਦੇਖ ਰਹੇ ਹੋ ਇਹਦੇ ਕਿੰਨਾ ਬਦਬੂ ਹੈ, ਕਿੰਨਾ ਮੱਛਰ ਪੈਦਾ ਹੋ ਰਿਹਾ, ਆਹ ਗਰਮੀ ਦੇ ਮੌਸਮ ਵਿੱਚ ਕਿੰਨੇ ਹਾਲਾਤ ਪੈਦਾ ਹੋ ਰਹੇ ਨੇ। ਇਹਦੇ ਬਾਰੇ ਕਿਸੇ ਨੂੰ ਕੋਈ ਸੋਚ ਨਹੀਂ, ਸਾਰਾ ਦਿਨ ਇੱਥੋਂ ਕਿੰਨੇ ਹੀ ਆਫੀਸਰ ਲੋਕ ਲੰਘਦੇ ਨੇ, ਕੋਈ ਧਿਆਨ ਨਹੀਂ ਕਰ ਰਿਹਾ। 2 ਸਾਲਾਂ ਤੋਂ ਸਫਾਈ ਨਹੀਂ ਹੋਈ ਅਤੇ ਹੁਣ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਆ ਜਾਣੀਆਂ, ਇਹ ਡਰੇਨ ਫਿਰ ਫੁੱਲ ਹੋ ਜਾਣੀ ਹੈ, ਇਹਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਏਗਾ, ਕਈ ਤਰ੍ਹਾਂ ਦੇ ਬਿਮਾਰੀਆਂ ਫੈਲਾਏਗਾ। ਇਸ ਤੋਂ ਇਲਾਵਾ ਇੱਥੇ ਲੰਘਣ ਟੱਪਣ ਵਾਲਿਆਂ ਨੂੰ ਇਹਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਏਗਾ। ਮੌਜੂਦ ਹਾਂ ਜਲਾਲਾਬਾਦ ਦੀ ਡਰੇਨ ਦੇ ਉੱਤੇ ਔਰ ਮੇਰੇ ਬੈਕ ਸਾਈਡ 'ਤੇ ਤੁਸੀਂ ਜੋ ਦੇਖ ਰਹੇ ਹੋ ਇਹ ਜਲਾਲਾਬਾਦ ਦੀ ਡਰੇਨ ਹੈ, ਜੋ ਇਕਲੌਤੀ ਡਰੇਨ ਹੈ ਜਿਹਦੇ ਵਿੱਚ ਕਿ ਜਲਾਲਾਬਾਦ ਦਾ ਸਾਰਾ ਜਿਹੜਾ ਸਾਰੇ ਦਾ ਸਾਰਾ ਪਾਣੀ ਜਿਹੜਾ ਸ਼ਹਿਰ ਦੇ ਵਿੱਚੋਂ ਬਾਹਰ ਜਾਂਦਾ ਔਰ ਇਸ ਡਰੇਨ ਦੇ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਹਨ ਕਿ ਬੂਟੀ ਜਿਹੜੀ ਹੈ ਓਵਰਫਲੋ ਹੋ ਚੁੱਕੀ ਹੈ ਔਰ ਇਸ ਡਰੇਨ ਦੇ ਵਿੱਚ ਗੰਦਗੀ ਦੀ ਭਰਮਾਰ ਹੋ ਚੁੱਕੀ ਹੈ। ਇੰਨਾ ਹੀ ਨਹੀਂ, ਇਸ ਗੰਦਗੀ ਦੇ ਕਾਰਨ ਜਿਹੜੀ ਹੈ ਭਾਰੀ ਬਦਬੂ ਅਤੇ ਜਿਹੜਾ ਮੱਛਰ ਬਿਮਾਰੀਆਂ ਫੈਲਣ ਦਾ ਜਿਹੜਾ ਕਿ ਖਤਰਾ ਵੱਧ ਚੁੱਕਿਆ ਹੈ। ਔਰ ਜੇਕਰ ਗੱਲ ਕੀਤੀ ਜਾਵੇ ਇਸ ਡਰੇਨ ਦੀ, ਪਿਛਲੇ 2 ਸਾਲਾਂ ਤੋਂ ਵਿਭਾਗ ਦੇ ਵੱਲੋਂ ਸਫਾਈ ਨਹੀਂ ਕਰਾਈ ਗਈ। ਮੌਨਸੂਨ ਆਉਣ ਵਾਲਾ ਔਰ ਮੌਨਸੂਨ ਦੇ ਆਉਣ ਤੋਂ ਬਾਅਦ ਜਿਹੜਾ ਸ਼ਹਿਰ ਦੇ ਵਿੱਚ ਓਵਰਫਲੋ ਹੋਏ ਪਾਣੀ ਦੀ ਨਿਕਾਸੀ ਦੇ ਲਈ ਸਿਰਫ ਇੱਕ ਤੇ ਇੱਕ ਇਹੀ ਜੋ ਡਰੇਨ ਹੈ ਜੋ ਕਿ ਪਾਣੀ ਦੀ ਨਿਕਾਸੀ ਕਰਦੀ ਹੈ, ਇਹੋ ਜਿਹੇ ਦੇ ਵਿੱਚ ਜੇਕਰ ਇਸ ਡਰੇਨ ਦੀ ਸਫਾਈ ਨਾ ਹੋਏਗੀ ਤਾਂ ਇਸ ਤੋਂ ਓਵਰਫਲੋ ਹੋ ਕੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੀ ਬਿਮਾਰੀਆਂ ਫੈਲਣ ਦਾ ਖਤਰਾ ਹੈ। ਹਾਲਾਂਕਿ ਅਸੀਂ ਜਦ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਜਲਦ ਹੀ ਇਸ ਡਰੇਨ ਦੀ ਸਫਾਈ ਜਿਹੜੀ ਆ ਉਹ ਸ਼ੁਰੂ ਕਰਾ ਦਿੱਤੀ ਜਾਏਗੀ, ਪਰ ਵੇਖਣਾ ਇਹ ਹੋਏਗਾ ਕਿ ਅਧਿਕਾਰੀਆਂ ਦੇ ਵੱਲੋਂ ਦਿੱਤਾ ਗਿਆ ਆਸ਼ਵਾਸਨ ਕੀ ਕਿਤਾਬਾਂ ਦੇ ਵਿੱਚ ਹੀ ਸਿਮਟ ਕੇ ਰਹਿ ਜਾਏਗਾ ਜਾਂ ਹਕੀਕਤ ਦੇ ਵਿੱਚ ਵੀ ਇਸ ਡਰੇਨ ਦੀ ਸੁਣਵਾਈ ਹੋਏਗੀ। ਜਲਾਲਾਬਾਦ ਤੋਂ ਕੈਮਰਾਮੈਨ BS ਮੱਲੀ ਦੇ ਨਾਲ ਅਰਵਿੰਦਰਪਾਲ ਸਿੰਘ ਧਨੇਜਾ ਲਿਵ।